ਕਰਾਂਗਾ ਜਦੋਂ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਡੇਰਾ ਗਾਜ਼ੀ ਖਾਨ ਦੀ ਜੇਲ੍ਹ ਵਿੱਚ ਭੇਜਿਆ ਗਿਆ ਤਾਂ ਉੱਥੇ ਦੇ ਅੰਗਰੇਜ਼ ਜੇਲਰ ਨੇ ਜ਼ਿੱਦ ਪਕੜ ਲਈ ਕਿ ਬਾਬਾ ਖੜਕ ਸਿੰਘ ਜੀ ਨੂੰ ਦਸਤਾਰ ਨਹੀਂ ਬੰਨਣ ਦਿਆਂਗਾ ਹਾਲਾਂਕਿ ਜੇਲ੍ਹ ਦੇ ਮੈਨੂਅਲ ਵਿੱਚ ਦਸਤਾਰ ਬੰਨਣਾ ਅਲਾਊਡ ਸੀ ਪਰ ਅੰਗਰੇਜ਼ ਜੇਲਰ ਨੇ ਜ਼ਿੱਦ ਫੜ ਲਈ ਤਾਂ ਬਾਬਾ ਖੜਕ ਸਿੰਘ ਜੀ ਨੇ ਵੀ ਇੱਕ ਵਚਨ ਨਿਭਾਇਆ ਕਿ ਉਹਨਾਂ ਕਿਹਾ ਜੇ ਦਸਤਾਰ ਨਹੀਂ ਬੰਨਣ ਦਿਓਗੇ ਤੇ ਕਮੀਜ਼ ਵੀ ਨਹੀਂ ਪਾਵਾਂਗਾ ਤੇ ਬਾਬਾ ਖੜਕ ਸਿੰਘ ਜੀ 2.5 ਸਾਲ ਤੱਕ ਡੇਰਾ ਗਾਜ਼ੀ ਖਾਨ ਜੇਲ੍ਹ ਵਿੱਚ ਸਿਰਫ ਕਛਹਿਰੇ ਵਿੱਚ ਰਹੇ ਭਾਵੇਂ ਗਰਮੀ ਸੀ ਭਾਵੇਂ ਸਰਦੀ ਸੀ ਜਾਂ ਬਰਸਾਤ ਸੀ ਆਪ ਜੀ ਨੇ ਆਪਣੇ ਵਚਨ ਨੂੰ ਨਿਭਾਉਂਦਿਆਂ ਹੋਇਆਂ ਜਦੋਂ 2.5 ਸਾਲ ਬਾਅਦ ਜੇਲ੍ਹ ਤੋਂ ਰਿਹਾ ਹੋਏ ਤਾਂ ਜੇਲ੍ਹ ਵਿੱਚੋਂ ਬਾਹਰ ਸਿਰਫ ਕਛਹਿਰਾ ਪਾ ਕੇ ਆਏ ਉਹਨਾਂ ਦੀ ਫੋਟੋਆਂ ਵੀ ਇਤਿਹਾਸ ਦੀ ਕਿਤਾਬਾਂ ਵਿੱਚ ਮੌਜੂਦ ਹਨ ਸੋ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਇੱਕ ਸਿੱਖ ਵਾਸਤੇ ਦਸਤਾਰ ਦੀ ਇੰਪੋਰਟੈਂਸ ਕੀ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰੀਏ ਕਿ ਬੱਚੇ ਵੱਧ ਤੋਂ ਵੱਧ ਸਹੀ ਉਮਰ ਵਿੱਚ ਹੀ ਪੱਗਬੰਨੀ ਸ਼ੁਰੂ ਕਰਨ ਪਰ ਇਸ ਕੰਪੀਟੀਸ਼ਨ ਵਾਸਤੇ ਜ਼ਰੂਰ ਬੱਚਿਆਂ ਦੇ ਨਾਮ ਲਿਖਵਾਓ ਉਹਨਾਂ ਆਪ ਜੀ ਨਾਲ ਇਤਿਹਾਸ ਦੀ ਲੜੀ ਵਿੱਚ ਸ਼ਹੀਦਾਂ ਮਿਸਲ ਦੇ ਜਥੇਦਾਰ ਨਿਤੜਕ ਯੋਧੇ ਜਿਨ੍ਹਾਂ ਦਾ ਨਾਮ ਪੜ੍ਹ ਕੇ ਸੁਣ ਕੇ ਉਹਨਾਂ ਦੀ ਤਸਵੀਰ ਦੇਖ ਕੇ ਹੀ ਮਨ ਦੇ ਅੰਦਰ ਇੱਕ ਬੜੀ ਚੜ੍ਹਦੀਆਂ ਕਲਾ ਦਾ ਅਹਿਸਾਸ ਹੁੰਦਾ ਹੈ ਬਾਬਾ ਫੂਲਾ ਸਿੰਘ ਅਕਾਲੀ ਉਹਨਾਂ ਦਾ ਸੰਖੇਪ ਵਿੱਚ ਇਤਿਹਾਸ ਸਾਂਝਾ ਕਰਾਂਗਾ ਬਾਬਾ ਫੂਲਾ ਸਿੰਘ ਅਕਾਲੀ ਉਹ ਨਿਤੜਕ ਯੋਧੇ ਸਨ ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਸਤੇ ਸਿੱਖਰਾਂ ਤੇ ਆਪਣੀ ਨਿਰਭੈਤਾ ਨੂੰ ਪਹੁੰਚਾਇਆ ਆਪ ਜੀ ਦਾ ਜਨਮ 1761 ਵਿੱਚ ਭਾਈ ਈਸ਼ਰ ਸਿੰਘ ਜੀ ਦੇ ਘਰ ਹੋਇਆ ਹਾਲੇ 1 ਸਾਲ ਦੇ ਹੀ ਸਨ ਕਿ ਭਾਈ ਈਸ਼ਰ ਸਿੰਘ ਜੀ ਅਹਿਮਦ ਸ਼ਾਹ ਅਬਦਾਲੀ ਦੁਆਰਾ ਕੀਤੇ ਗਏ ਵੱਡੇ ਘੱਲੂਘਾਰੇ ਵਿੱਚ ਜੰਗ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਸ਼ਹੀਦਾਂ ਮਿਸਲ ਦੇ ਜਥੇਦਾਰ ਭਾਈ ਨਰੈਣ ਸਿੰਘ ਜੀ ਨੇ ਪਾਲਿਆ ਉਹਨਾਂ ਨੂੰ ਕੁਰਬਾਨੀ ਨਾਲ ਜੋੜਿਆ ਸ਼ਸਤਰ ਵਿੱਦਿਆ ਸਿਖਾਈ ਔਰ ਨੌਜਵਾਨੀ ਦੀ ਉਮਰ ਵਿੱਚ ਪਹੁੰਚਦੇ ਹੋਏ ਬਾਬਾ ਅਕਾਲੀ ਫੂਲਾ ਸਿੰਘ ਜੀ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀ ਬਹੁਤ ਵੱਡੀ ਸੇਵਾ ਕਰਨ ਲੱਗ ਪਏ ਆਪ ਜੀ ਨੇ ਨਿਹੰਗਾਂ ਦੀ ਇੱਕ ਬੜੀ ਜ਼ਬਰਦਸਤ ਫੌਜ ਤਿਆਰ ਕੀਤੀ ਜਦੋਂ 1798 ਵਿੱਚ ਬਾਬਾ ਨਰਾਇਣ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਸ਼ਹੀਦ ਮਿਸਲ ਦਾ ਜਥੇਦਾਰ ਥਾਪਿਆ ਗਿਆ ਇਹ ਨਹੀਂ ਦੇਖਿਆ ਗਿਆ ਕਿ ਭਾਈ ਨਰਾਇਣ ਸਿੰਘ ਜੀ ਦੇ ਪੁੱਤਰ ਨੂੰ ਜਥੇਦਾਰ ਬਣਾਉਣਾ ਹੈ ਗੁਰਬਾਣੀ ਚਾਹੁੰਦਾ ਤਖਤ ਪੇ ਬਹੇ ਤਖਤ ਕੇ ਲਾਏ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਅਨੰਦਪੁਰ ਜਾ ਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਆਰੰਭ ਕੀਤੀ ਕੁਝ ਸਮੇਂ ਬਾਅਦ ਆਪ ਜੀ ਅੰਮ੍ਰਿਤਸਰ ਆ ਗਏ ਅਤੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਦੀ ਸੇਵਾ ਸੰਭਾਲ ਕਰਨ ਲੱਗ ਪਏ ਜਦੋਂ 1802 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ 'ਤੇ ਹਮਲਾ ਕੀਤਾ ਉਸ ਸਮੇਂ ਭਾਈ ਗੁਲਾਬ ਸਿੰਘ ਭੰਗੀ ਜੋ ਸ਼ਹੀਦ ਹੋ ਚੁੱਕੇ ਸਨ ਉਹਨਾਂ ਦੀ ਵਾਈਫ ਮਾਤਾ ਸੁੱਖੋ ਕੌਰ ਅੰਮ੍ਰਿਤਸਰ ਦੀ ਸੇਵਾ ਕਰ ਰਹੇ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਹਮਲੇ 'ਤੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਮਾਤਾ ਸੁੱਖੋ ਕੌਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਸਮਝੌਤਾ ਕਰਵਾਇਆ ਤਾਂ ਜੋ
अमृतसर वर्गे पवित्र शहर में कतलेआम ना होए जंग ना होए उस समय तो महाराजा रणजीत सिंह और बाबा काली फूला सिंह जी के बड़े ही गूढ़े संबंध बने। हालांकि बाबा काली फूला सिंह जी ने हमेशा सिक्खी सिद्धांतों से पैरा दिता, संबंधा की चिंता नहीं की। कुछ समय बाद महाराजा रणजीत सिंह ने जो कसूर से हमला किया और कसूर के अजित किले को जित नहीं पा रहे सन, तो बाबा काली फूला सिंह जी अपनी निहंगा की फौज नाल कसूर की जंग में शामिल होए और इन्ने वड्डे हमले उस किले उत्ते कीते कि गाजी पठान उन हमलिया नूं बर्दाश्त ना कर सके और कसूर का किला जीत के सिख राज में शामिल करवाया। बाबा काली फूला सिंह जी बाकी जरनैलों वकन महाराजा रणजीत सिंह की फौज में पेड जरनैल नहीं सन। आप जी का मकसद सिर्फ एक ऐसा सिख राज स्थापित करना सी जो दसम पातशाह के बख्शे हुए असूलों आदर्शों के उत्ते चले। उस वास्ते हमेशा आप जी जाना वार के अलग अलग जंगा लड़ते रहे। एक समय ऐसा आया कि 1807 विच जदों नाभे रियासत विच कैप्टन वाइट ने पंजाब के नक्शे बनाने शुरू किए और बाबा काली फूला सिंह जी को पता लगा कि यह नक्शे बनाए जा रहे हैं ताजो अगों पूरे पंजाब ते अंग्रेजों का कब्जा किया जा सके, तो आप जी अपने जत्थे नाल फौरन कैप्टन वाइट ते हमला किया और उसनु उत्थों दौड़ा दिता ताजो यह नक्शिया के कारज अंग्रेज सरकार ना कर सके। अंग्रेज हमेशा उन्हां तों डरदे सन। जदों जींद दे राजा प्रताप सिंह ने अंग्रेजा नाल अनबन होने ते आनंदपुर साहिब विच शरण लई तां बाबा काली फूला सिंह जी ने जींद दे राजे प्रताप सिंह नूं अपने कोल शरण दित्ती। महाराजा रणजीत सिंह ने अंग्रेजा दे प्रेशर विच आके दीवान मोती राम नूं बाबा काली फूला सिंह जी को गिरफ्तार करन भेजिया। जदों महाराजा रणजीत सिंह की फौज आनंदपुर पहुंची और उन्होंने पता लगा कि जंग बाबा काली फूला सिंह नाल लड़नी पाएगी, तो सारी खालसा फौज ने हथियार सुट दिते कि असी बाबा काली फूला सिंह जी नाल जंग नहीं लड़ सकते। इन्ना सन्मान सी बाबा काली फूला सिंह जी का खालसा फौज विच। महाराजा रणजीत सिंह एक पासों इज्जत भी बहुत करते सन। जदों जदों वड़ियां जंगा सिख राज वास्ते लड़नियां पईयां हमेशा बाबा काली फूला सिंह जी अगे होके जंगा लड़ते रहे। 1814 विच महाराजा रणजीत सिंह ने मुल्तान दे किले उत्ते दीवान मोती राम नूं हमला करन भेजिया, पर दीवान मोती राम ने अपनी इनगैलियां करके मुल्तान का किला जितने की बजाय सिख फौज नूं हरवा के निराश होकर वापस परत आया। तो महाराजा रणजीत सिंह ने अपने पुत्र कुंवर खड़क सिंह नूं 25,000 फौज नाल फिर मुल्तान ते हमला करन भेजिया। 3 महीने तक कमासान जंग हुई, मुल्तान का शहर ते जित लिया, लेकिन किला फिर अजित सी। मुल्तान का सूबेदार मुजफ्फर खान किले के अंदर अपनी फौजा नाल जंग लड़ रहा सी। जब 3 महीने बीत गए कुंवर खड़क सिंह किला ना जीत सके, तो महाराजा रणजीत सिंह खुद चल के बाबा काली फूला सिंह जी को आए। तो बाबा काली फूला सिंह जी ने महाराजा रणजीत सिंह नूं एक अल्फाज कहे, आओ डोगरियां दे पालका की चाहिए हुण। उन्हें कहने का मकसद की सी, डोगरे कौन सन? डोगरे वो जम्मू के ध्यान चंद गुलाब चंद पहाड़ी सिपाही सन
ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਬਤੌਰ ਸਿਪਾਹੀ ਭਰਤੀ ਹੋਏ ਸਨ, ਲੇਕਿਨ ਆਪਣੀਆਂ ਚਾਲਾਂ ਖੇਡਦੇ ਹੋਏ ਦੋਨੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਅਤੇ ਰਾਜ ਦਰਬਾਰ ਵਿੱਚ ਵੱਡੀਆਂ ਪਦਵੀਆਂ ਪ੍ਰਾਪਤ ਕਰ ਚੁੱਕੇ ਸਨ। ਨਾਲ ਹੀ ਲਾਲ ਰਾਮ ਅਤੇ ਤੀਜਾ ਰਾਮ ਬ੍ਰਾਹਮਣ ਵੀ ਐਡਮਿਨਿਸਟ੍ਰੇਸ਼ਨ ਵਿੱਚ ਇੰਪੋਰਟੈਂਟ ਪਦਵੀਆਂ ਹਾਸਲ ਕਰ ਚੁੱਕੇ ਸਨ। ਔਰ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਸਖ਼ਤ ਨਾਰਾਜ਼ਗੀ ਸੀ ਕਿ ਜਰਨੈਲਾਂ ਨੂੰ ਜੰਗਾਂ ਵਿੱਚ ਭੇਜਿਆ ਜਾਂਦਾ ਸੀ ਔਰ ਐਡਮਿਨਿਸਟ੍ਰੇਸ਼ਨ ਉਹਨਾਂ ਹੱਥਾਂ ਵਿੱਚ ਦੇ ਦਿੱਤੀ ਗਈ ਸੀ ਜਿਨ੍ਹਾਂ ਦੀ ਗੱਦਾਰੀ ਕਰਕੇ ਕੁਝ ਸਾਲਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਖਤਮ ਹੋਇਆ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਬਾਬਾ ਅਕਾਲੀ ਫੂਲਾ ਸਿੰਘ ਜੀ ਕੋਲ ਪਹੁੰਚੇ ਤਾਂ ਆਪ ਜੀ ਨੇ ਕਿਹਾ, ਇੰਨੇ ਮਹੀਨੇ ਖਾਲਸਾ ਫੌਜ ਨੂੰ ਕਿਉਂ ਖੁਆਰ ਕੀਤਾ ਹੈ? ਔਰ ਉਪਰੰਤ ਨਿਹੰਗਾਂ ਦੀ ਛਾਵਣੀ 'ਚ ਨਗਾੜੇ ਉੱਤੇ ਚੋਟਾਂ ਕੀਤੀਆਂ ਗਈਆਂ, ਅਰਦਾਸਾ ਸੋਧਿਆ ਗਿਆ ਅਤੇ ਬਾਬਾ ਅਕਾਲੀ ਫੂਲਾ ਸਿੰਘ ਜੀ ਨਾਲ ਨਿਹੰਗ ਸਿੰਘਾਂ ਨੇ ਕਸੂਰ 'ਤੇ ਹਮਲਾ ਕੀਤਾ। ਕਸੂਰ ਦੇ ਕਿਲ੍ਹੇ ਦੇ ਦਰਵਾਜ਼ੇ 'ਤੇ ਜੰਮ ਜੰਮ ਤੋਪ ਨਾਲ ਗੋਲੇ ਵਰਸਾਏ ਔਰ ਨਿਹੰਗ ਸਿੰਘਾਂ ਨੇ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਕਸੂਰ ਦਾ ਉੱਤੇ ਹਮਲਾ ਕਰਕੇ ਕਸੂਰ ਦਾ ਕਿਲ੍ਹਾ ਫਤਿਹ ਕੀਤਾ। ਕੁਝ ਸਮੇਂ ਬਾਅਦ ਇੱਕ ਵੱਡਾ ਹਮਲਾ ਪੇਸ਼ਾਵਰ 'ਤੇ ਕੀਤਾ ਗਿਆ, ਕਿਉਂਕਿ ਕਾਬਲ ਤੋਂ ਪੰਜਾਬ 'ਤੇ ਸਾਰੇ ਹਮਲੇ ਪੇਸ਼ਾਵਰ ਰਾਹੀਂ ਕੀਤੇ ਜਾਂਦੇ ਸਨ। ਸੋ ਪੇਸ਼ਾਵਰ ਨੂੰ ਜਿੱਤਣਾ ਬਹੁਤ ਜ਼ਰੂਰੀ ਸੀ ਤਾਂ ਕਿ ਪੰਜਾਬ ਹੋਰ ਹਿੰਦੁਸਤਾਨ ਦੇ ਬਾਕੀ ਇਲਾਕਿਆਂ ਉੱਤੇ ਜੋ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀ ਹਮਲੇ ਕਰਦੇ ਰਹੇ ਉਹ ਹਮਲੇ ਹਮੇਸ਼ਾ ਵਾਸਤੇ ਬੰਦ ਹੋ ਸਕਣ। ਜਦੋਂ ਪੇਸ਼ਾਵਰ 'ਤੇ ਹਮਲਾ ਕੀਤਾ ਗਿਆ ਅਤੇ ਉਸ ਤੋਂ ਪਹਿਲਾਂ ਖੈਰਬਾਬਾਦ ਜਹਾਂਗੀਰ ਦੀ ਪਹਾੜੀਆਂ ਵਿੱਚ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਗਾਜ਼ੀ ਪਠਾਨਾ ਨਾਲ ਸਖ਼ਤ ਜੰਗਾਂ ਲੜੀਆਂ ਔਰ ਪੇਸ਼ਾਵਰ ਦਾ ਕਿਲ੍ਹਾ ਫਤਿਹ ਕੀਤਾ। ਪਰ ਉੱਥੋਂ ਦਾ ਜੋ ਗਵਰਨਰ ਸੀ ਯਾਰ ਮੁਹੰਮਦ ਖਾਨ, ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਗੀ ਸਵੀਕਾਰ ਕੀਤੀ ਔਰ ਉਸ ਨੂੰ ਹੀ ਪੇਸ਼ਾਵਰ ਦਾ ਗਵਰਨਰ ਬਣਾ ਦਿੱਤਾ ਗਿਆ। ਪਰ ਕੁਝ ਸਮੇਂ ਬਾਅਦ ਕਾਬੁਲ ਤੋਂ ਉਸਦੇ ਹੀ ਭਰਾ ਅਜ਼ੀਮ ਖਾਨ ਨੇ ਪੇਸ਼ਾਵਰ ਜਿੱਤਣ ਵਾਸਤੇ ਵਾਪਸ ਇੱਕ ਬੜਾ ਵੱਡਾ ਹਮਲਾ ਕੀਤਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਜਰਨੈਲ ਹਰੀ ਸਿੰਘ ਨਲਵਾ ਦੀ ਕਮਾਂਡ ਵਿੱਚ ਪੇਸ਼ਾਵਰ ਵੱਲ ਚੱਲਣ ਲੱਗੀ ਤਾਂ ਜਰਨੈਲ ਹਰੀ ਸਿੰਘ ਨਲਵਾ ਨੇ ਕਿਹਾ ਕਿ ਬਾਬਾ ਅਕਾਲੀ ਫੂਲਾ ਸਿੰਘ ਦੀ ਨਿਹੰਗ ਸਿੰਘ ਫੌਜ ਦੇ ਬਿਨਾਂ ਪੇਸ਼ਾਵਰ ਨਹੀਂ ਜਿੱਤਿਆ ਜਾ ਸਕਦਾ। ਤਾਂ ਬਾਬਾ ਅਕਾਲੀ ਫੂਲਾ ਸਿੰਘ ਜੀ ਦੀ ਫੌਜ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਹੋਈ, ਅਟਕ ਦਰਿਆ 'ਤੇ ਪਹੁੰਚੀ। ਅਟਕ ਦਰਿਆ ਉੱਤੇ ਬੇੜੀਆਂ ਦਾ ਪੁਲ ਬਣਿਆ ਹੋਇਆ ਸੀ। ਕੁਝ ਫੌਜ ਨੇ ਉਸ ਬੇੜੀਆਂ ਦੇ ਪੁਲ ਰਾਹੀਂ ਅਟਕ ਦਰਿਆ ਪਾਰ ਕੀਤਾ ਅਤੇ ਗਾਜ਼ੀ ਫੌਜ ਨਾਲ ਜੰਗ ਸ਼ੁਰੂ ਹੋ ਗਈ। ਲੇਕਿਨ ਉਸ ਬੇੜੀਆਂ ਦੇ ਪੁਲ ਨੂੰ ਅਜ਼ੀਮ ਖਾਨ ਦੀ ਫੌਜ ਨੇ ਤੋੜ ਦਿੱਤਾ। ਨਦੀ ਦੇ ਅੰਦਰ ਵਹਾਓ ਬਹੁਤ ਤੇਜ਼ ਸੀ ਪਰ ਬਾਬਾ ਅਕਾਲੀ ਫੂਲਾ ਸਿੰਘ ਦੇਖ ਰਹੇ ਸਨ ਕਿ ਹਾਲੇ ਥੋੜ੍ਹੀ ਜਿਹੀ ਫੌਜ ਅਟਕ ਦਰਿਆ ਪਾਰ ਕਰ ਸਕੀ ਹੈ ਔਰ ਅਜ਼ੀਮ ਖਾਨ ਦੀ ਫੌਜ ਨਾਲ ਘਿਰ ਗਈ ਹੈ। ਤਾਂ ਆਪ ਜੀ ਦੇ ਖੂਨ ਨੇ ਉਬਾਲੇ ਖਾਧੇ ਔਰ ਆਪ ਜੀ ਨੇ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਘੋੜਸਵਾਰ ਫੌਜ ਨਾਲ ਅਟਕ ਦਰਿਆ ਵਿੱਚ ਛਾਲਾਂ ਮਾਰ ਦਿੱਤੀਆਂ ਔਰ ਆਪਣੀ ਫੌਜ ਨਾਲ ਅਟਕ ਦਰਿਆ ਨੂੰ ਪਾਰ ਕਰਦੇ ਹੋਏ ਦੂਜੇ ਪਾਸੇ ਗਾਜ਼ੀ ਫੌਜ ਨਾਲ ਟਾਕਰੇ ਕਰਨੇ ਸ਼ੁਰੂ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਕੋਲ ਵੀ ਨਹੀਂ ਰਿਹਾ ਗਿਆ ਤਾਂ ਆਪ ਜੀ ਵੀ ਅਤੇ ਜਰਨੈਲ ਹਰੀ ਸਿੰਘ ਨਲਵਾ ਵੀ ਬਾਕੀ ਫੌਜ ਨਾਲ ਚੜ੍ਹੇ ਹੋਏ ਅਟਕ ਦਰਿਆ ਵਿੱਚ ਛਾਲਾਂ ਮਾਰ ਕੇ ਦੂਜੇ ਪਾਰ ਪਹੁੰਚੇ ਔਰ ਘਮਾਸਾਨ ਜੰਗ ਗਾਜ਼ੀ ਫੌਜ ਨਾਲ ਸ਼ੁਰੂ ਹੋ ਗਈ। ਜੰਗ ਹੁੰਦਿਆਂ ਕੁਛ ਦਿਨ ਬੀਤੇ ਤਾਂ ਹੁਣ ਅਗਲੀ ਇੱਕ ਵੱਡੀ ਜੰਗ ਪੇਸ਼ਾਵਰ ਜਿੱਤਣ ਤੋਂ ਪਹਿਲਾਂ ਨਸ਼ਹਿਰੇ ਦੇ ਮੈਦਾਨ ਵਿੱਚ ਹੋਣੀ ਸੀ। ਇਹ ਜੰਗ ਸ਼ੁਰੂ ਹੋਣ ਤੋਂ ਪਹਿਲੇ ਸਿੰਘਾਂ ਨੇ ਅਰਦਾਸਾ ਸੋਧਿਆ
ਅਰਦਾਸਾਂ ਸੋਚ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਅਤੇ ਅਕਾਲੀ ਨਿਹੰਗ ਸਿੰਘ ਫੌਜ ਚਾਲੇ ਪਾਉਣ ਲੱਗ ਗਈ ਤਾਂ ਮਹਾਰਾਜਾ ਨੂੰ ਪਤਾ ਲੱਗਾ ਕਿ ਕਾਬਲ ਤੋਂ 10,000 ਗਾਜ਼ੀ ਫੌਜ ਅਤੇ 40 ਤੋਪਾਂ ਹੋਰ ਪਹੁੰਚ ਗਈਆਂ ਨੇ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਰਾਜਨੀਤਿਕ ਪੱਖੋਂ ਸੋਚਿਆ ਕਿ ਆਪਣਾ ਤੋਪਖਾਨਾ ਵੀ ਹੋਰ ਪਹੁੰਚ ਜਾਏ, 2-4 ਦਿਨ ਉਡੀਕ ਲਈਏ, ਫਿਰ ਹਮਲਾ ਕਰਾਂਗੇ। ਪਰ ਕਥਨੀ ਅਤੇ ਕਰਨੀ ਦੇ ਸੂਰੇ ਨੇ ਤੜਕ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਵੀਰ ਰਸ ਵਿੱਚ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ, ਅਸੀਂ ਅਰਦਾਸਾਂ ਸੋਧਿਆ ਹੈ ਔਰ ਇਹ ਰਸਤਾ ਹਮੇਸ਼ਾ ਵਾਸਤੇ ਬੰਦ ਕਰਨ ਵਾਸਤੇ ਪਿਛਲੇ 50 ਸਾਲ ਤੋਂ ਖਾਲਸਾ ਪੰਥ ਜੰਗਾਂ ਲੜ ਰਿਹਾ, ਕੁਰਬਾਨੀਆਂ ਦੇ ਰਿਹਾ ਹੈ। ਅਰਦਾਸਾਂ ਸੋਧਣ ਤੋਂ ਬਾਅਦ ਸਿੱਖ ਪਿੱਛੇ ਨਹੀਂ ਹਟਦਾ, ਸੋ ਅਸੀਂ ਜੰਗ 'ਤੇ ਅੱਜ ਹੀ ਲੜਨੀ ਹੈ। ਔਰ ਆਪ ਜੀ ਨੇ ਇੱਕ ਚੜ੍ਹਦੀਆਂ ਕਲਾ ਵਿੱਚ ਦੁਬਾਰਾ ਅਰਦਾਸ ਕੀਤੀ ਔਰ ਨਗਾੜੇ ਦੀ ਚੋਟਾਂ ਨਾਲ ਨੌਸ਼ਹਿਰੇ ਦੇ ਮੈਦਾਨ ਵਿੱਚ 14 ਮਾਰਚ 1823 ਨੂੰ ਗਾਜ਼ੀ ਫੌਜ ਨਾਲ ਜੰਗ ਲੜਨ ਪਹੁੰਚ ਗਏ। ਘਮਾਸਾਨ ਜੰਗ ਚੱਲੀ, ਗਾਜ਼ੀ ਫੌਜ ਦੇ ਪੈਰ ਉੱਪੜ ਗਏ, ਗਾਜ਼ੀ ਫੌਜ ਪਿੱਛੇ ਵੱਲ ਹਟਣ ਲੱਗ ਪਈ। ਪਰ ਕੁਦਰਤ ਦੀ ਹੋਣੀ, ਪੰਜਾਬ ਵਿੱਚ ਲਾਹੌਰ ਵਿੱਚ ਬੈਠੇ ਧਿਆਨ ਚੰਦ ਗੁਲਾਬ ਚੰਦ ਡੋਗਰਿਆਂ ਦੀ ਸਾਜ਼ਿਸ਼ਾਂ 'ਚ ਹਮੇਸ਼ਾ ਬਾਬਾ ਅਕਾਲੀ ਫੂਲਾ ਸਿੰਘ ਜਰਨੈਲ ਹਰੀ ਸਿੰਘ ਨਲਵਾ ਵਰਗੇ ਜਰਨੈਲਾਂ ਦੇ ਖਿਲਾਫ ਚੱਲਦੀ ਰਹਿੰਦੀ ਸੀ। ਉਹ ਸਾਜ਼ਿਸ਼ਾਂ ਕਰਕੇ ਇਸ ਜੰਗ ਦੇ ਦੌਰਾਨ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਗੋਲੀ ਮਾਰ ਦਿੱਤੀ ਗਈ ਔਰ ਬਾਬਾ ਅਕਾਲੀ ਫੂਲਾ ਸਿੰਘ ਜੀ 14 ਮਾਰਚ 1823 ਨੂੰ ਜੰਗ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕਰ ਗਏ। ਬਾਬਾ ਅਕਾਲੀ ਫੂਲਾ ਸਿੰਘ ਜੀ ਉਹ ਹਸਤੀ ਸਨ ਜਿਨ੍ਹਾਂ ਨੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ, ਮਹਾਰਾਜਾ ਰਣਜੀਤ ਸਿੰਘ ਨੇ ਵੀ ਜਦੋਂ ਗਲਤੀਆਂ ਕੀਤੀਆਂ ਤਾਂ ਉਹਨਾਂ ਨੂੰ ਵੀ ਪੇੜ ਨਾਲ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਡਿਕਲੇਅਰ ਕੀਤੀ। ਹਾਲਾਂਕਿ ਕੋੜੇ ਮਾਰਨ ਤੋਂ ਲਿਹਾਜ਼ ਕਰ ਦਿੱਤਾ ਪਰ ਪੇੜ ਨਾਲ ਬੰਨਿਆ। ਔਰ ਇੱਥੇ ਤੱਕ ਕਿ ਜਦੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਖਾਲਸਾ ਪੰਥ ਦੇ ਸਿਧਾਂਤਾਂ 'ਤੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦੇ ਸਨ ਤਾਂ ਬਾਬਾ ਅਕਾਲੀ ਫੂਲਾ ਸਿੰਘ ਜੀ ਹਮੇਸ਼ਾ ਹੀ ਖਾਲਸਾ ਪੰਥ ਦੀ ਖਾਤਰ, ਸਿਧਾਂਤਾਂ ਦੀ ਖਾਤਰ ਮਹਾਰਾਜਾ ਰਣਜੀਤ ਸਿੰਘ ਨੂੰ ਸਖ਼ਤ ਤਾੜਨਾ ਦਿੰਦੇ ਸਨ ਕਿ ਇਹ ਰਾਜ ਖਾਲਸਾ ਪੰਥ ਦੀ 100 ਸਾਲ ਦੀ ਕੁਰਬਾਨੀਆਂ ਸਦਕਾ ਬਣਿਆ ਹੈ, ਇਹ ਆਪ ਜੀ ਦਾ ਇਕੱਲੇ ਦਾ ਰਾਜ ਨਹੀਂ ਹੈ। ਸੋ ਸਿੱਖੀ ਸਿਧਾਂਤਾਂ 'ਤੇ ਸਮਝੌਤਾ ਨਾ ਕਰੋ ਔਰ ਨਿਰਭੈਤਾ ਨਾਲ ਆਪ ਜੀ ਹਮੇਸ਼ਾ ਖਾਲਸਾ ਪੰਥ ਦੀ ਸੇਵਾ ਕਰਦੇ ਰਹੇ। ਆਪ ਜੀ ਨਾਲ ਜੋ ਇਤਿਹਾਸ ਸਾਂਝਾ ਕੀਤਾ ਹੈ ਬੜੇ ਸੰਖੇਪ ਵਿੱਚ ਕੀਤਾ ਹੈ, ਬਾਹਰ ਬੁੱਕ ਸਟਾਲ ਵਿੱਚ ਜੋ ਬੁੱਕਸ ਪਈਆਂ ਹਨ ਉਹਦੇ 'ਚ ਇੱਕ ਪਤਲੀ ਜਿਹੀ ਕਿਤਾਬ ਬਾਬਾ ਅਕਾਲੀ ਫੂਲਾ ਸਿੰਘ ਜੀ 'ਤੇ ਵੀ ਹੈ, ਸਿਰਫ 20-25 ਪੇਜ ਦੀ। ਬੇਨਤੀ ਕਰਾਂਗਾ ਉਸ ਕਿਤਾਬ ਨੂੰ ਵੀ ਜ਼ਰੂਰ ਲਓ ਔਰ ਪੜ੍ਹੋ। ਜਿਸ ਸਮੇਂ ਅਸੀਂ ਉਹ ਕਿਤਾਬ ਪੜ੍ਹਾਂਗੇ ਸਾਡੇ ਮਨਾਂ ਵਿੱਚ ਜੋ ਚੜ੍ਹਦੀਆਂ ਕਲਾ ਦਾ ਅਹਿਸਾਸ ਹੋਵੇਗਾ ਉਹ ਆਪ ਜੀ ਪੜ੍ਹ ਕੇ ਮਹਿਸੂਸ ਕਰ ਸਕਦੇ ਹੋ। ਸੋ ਬੇਨਤੀ ਕਰਾਂਗਾ ਕਿਤਾਬਾਂ ਜ਼ਰੂਰ ਇਸ਼ੂ ਕਰਵਾਓ ਔਰ ਅਸੀਂ ਪੜ੍ਹੀਏ ਵੀ, ਇਹ ਨਾ ਹੋਏ ਕਿ ਘਰ ਜਾ ਕੇ ਰੱਖ ਦੇਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।